ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਟੂਡੇ ਪੰਜਾਬ న్యూਸ ਚੈਨਲ ਤੇ ਮੈਂ ਹਾਂ ਤਰਸੇਮ ਸਿੰਘ ਮਠਾੜੂ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਦੇ ਦਿਨ ਦੀਆਂ ਸਵੇਰ ਦੀਆਂ ਤਾਜ਼ਾ ਤਰੀਨ ਵੱਡੀਆਂ ਖਬਰਾਂ ਇਹਨਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲੇ ਇੱਕ ਵਾਰੀ ਨਜ਼ਰ ਮਾਰ ਲੈਨੇ ਆ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਜੀ ਕਿ ਦੇਸ਼ ਵਿੱਚ ਮਾਈਕਰੋ ਚਿਪ ਵਾਲੇ ਈ ਪਾਸਪੋਰਟ ਜਲਦ ਹੋਣਗੇ ਜਾਰੀ ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ 7 ਦਿਨਾਂ ਲਈ ਕੁਆਰਟੇਨ ਹੋਣਾ ਹੈ ਲਾਜ਼ਮੀ ਸਰਕਾਰ ਪੰਜਾਬ ਦੇ ਮੋਲੇ ਧਰਮੀ ਅਤੇ ਭਾਰੀ ਗੜੇਮਾਰੀ ਜਾਣ ਆਉਣ ਵਾਲੇ ਦਿਨਾਂ ਚ ਮੌਸਮ ਦਾ ਹਾਲ ਵੱਡੀ ਖਬਰ ਪ੍ਰਧਾਨ ਮੰਤਰੀ ਦਾ ਕਾਫਲਾ ਰੋਕਣ ਵਾਲੇ 150 ਪਰਦਾ ਸਰਕਾਰੀਆ ਖਿਲਾਫ ਮਾਮਲਾ ਦਰਜ ਕੇਂਦਰੀ ਵਿੱਤ ਮੰਤਰਾਲੇ ਨੇ 17 ਰਾਜਾਂ ਨੂੰ ਜਾਰੀ ਕੀਤੀ 9871 ਕਰੋੜ ਦੀ ਗਾਂਟ ਜਾਣਾ ਪੰਜਾਬ ਨੂੰ ਕਿੰਨੇ ਮਿਲੇ ਇਸ ਸੂਬੇ 'ਚ ਲੱਗ ਸਕਦਾ ਹੈ ਸਾਲ 2022 ਦਾ ਪਹਿਲਾ ਲਾਕਡਾਊਨ ਜਾਣੋ ਤਾਜ਼ਾ ਬਿਆਨ ਸੀਐੱਬੀ ਯੋਗੀ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ ਪੀਐਨਬੀ ਨੇ ਕੱਢੀਆਂ ਨੌਕਰੀਆਂ ਆਖਰੀ ਤਰੀਕ 10 ਜਨਵਰੀ ਛੇਤੀ ਕਰੋ ਬਿਨੇ ਸਕੂਲ 50 ਫੀਦੀ ਦਿੱਤੀ ਰਲ ਖੋਲਣ ਦੀ ਕੀਤੀ ਮੰਗ ਸੋਨੇ ਤੇ ਚੰਦ ਦੀ ਕੀਮਤਾਂ ਡਿੱਗੀਆਂ ਖਰੀਦਣ ਦਾ ਮੌਕਾ ਜਾਣੋ ਤਾਜ਼ਾ ਪਾ सीएम त्रखा कमिशन तहत परमोद है मलाईमनु भी मिलेगा 15% दी वडा पंजाब च कैदी चलाणगी पेट्रोल डीज़ल दे आउटलेट त दोस्तों एसी दी अपनी इस वड़े दीया चौणवियां ਖਬਰਾਂ ਹੁਣ ਗੱਲਬਾਤ ਕਰਾਂਗੇ ਜੇ ਇਨ੍ਹਾਂ ਖਬਰਾਂ ਦੀ ਵਿਸਤਾਰ ਨਾਲ ਉਸ ਤੋਂ ਪਹਿਲਾਂ ਇਹਨਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੋ ਹਰ ਜੇ ਇਸੇ ਤਰ੍ਹਾਂ ਦੀਆਂ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਦੇ ਲਈ ਤੇ ਨਾਲ ਹੀ ਦੋਸਤੋ ਜੇ ਸਾਡੇ ਦੋਤੇ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਵੱਤਵਾ ਦਾ ਲਾਈਕ ਤੇ ਸ਼ੇਅਰ ਜਰੂਰ ਕਰਦਿਆ ਕਰੋ ਧੰਨਵਾਦ ਗੱਲ ਕਰਦੇ ਆਂ ਜੀ ਪਹਿਲੀ ਖਬਰ ਦੀ ਕਿ ਦੇਸ਼ ਵਿੱਚ ਮਾਈਕਰੋਚਿਪ ਵਾਲੇ ਈ ਪਾਸਪੋਰਟ ਜਲ ਹੋਣਗੇ ਜਾਰੀ ਜਾਣੋ ਇਸ ਦੀਆਂ ਵਿਸ਼ੇਸ਼ਤਾਵਾਂ ਦੋਸਤੋ ਜੇਕਰ ਤੁਸੀਂ ਵਿਦੇਸ਼ ਯਾਤਰਾ ਤੇ ਜਾਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ ਭਾਰਤੀ ਨਗਰੀ ਕਾਲੀ ਜਲਦੀ ਹੀ ਅਗਲੀ ਪੀੜੀ ਦਾ ਇਹ ਪਾਸਪੋਰਟ ਸ਼ੁਰੂ ਕੀਤਾ ਜਾ ਸਕਦੇ ਵਿਦੇਸ਼ ਮੰਤਰਾਲੇ ਦੇ ਸਕੱਤਰ ਸੰਜੀਪ ਪਟਾਚਾਰੀ ਨੇ ਇੱਕ ਟਵੀਟ ਵਿੱਚ ਕੋਸ਼ਿਸ਼ ਨਾ ਕੀਤੀ ਹੈ ਕਿ ਜਲਦ ਹੀ ਭਾਰਤੀ ਨਾਗਰਿਕਾਂ ਲਈ ਈ ਪਾਸਪੋਰਟ ਜਾਰੀ ਕੀਤੇ ਜਾਣਗੇ ਜਿਸ ਵਿੱਚ ਪਾਸਪੋਰਟ ਧਾਰਕ ਦਾ ਸੁਰੱਖਿਅਤ ਬਾਇਓਮੈਟ੍ਰਿਕ ਡਾਟਾ ਸਟੋਰ ਕੀਤਾ ਜਾਵੇਗਾ ਤੇ ਇਹ ਫੈਸਲਾ ਜਾਲੀ ਪਾਸਪੋਰਟ ਦੇ ਕਾਰੋਬਾਰ ਨੂੰ ਰੋਕਣ ਅਤੇ ਯਾਤਰੀਆਂ ਦੀ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ ਆਗਿਆ ਹੈ ਖਾਸ ਗੱਲ ਇਹ ਹੈ ਕਿ ਈ ਪਾਸਪੋਰਟ ਕਹ ਦੁਨੀਆ ਭਰ ਵਿੱਚ ਭਾਰਤੀ ਯਾਤਰੀਆਂ ਲਈ ਇਮੀਗ੍ਰੇਸ਼ਨ ਆਸਾਨ ਹੋ ਜਾਵੇਗੀ ਇਸ ਪੂਰੇ ਮਾਮਲੇ ਤੇ ਵਿਦੇਸ਼ ਮੰਤਰੀ ਆ ਦੇ ਨੇ ਸੰਸਦ ਵਿੱਚ ਕਿਹਾ ਹੈ ਕਿ ਨਾਗਰਿਕਾਂ ਨੂੰ ਐਡਵਾਂਸ ਸੁਰੱਖਿਆ ਫੀਚਰਸ ਵਾਲੇ ਚੀਪ ਪਸਮਰਥੀ ਈ ਪਾਸਪੋਰਟ ਜਾਰੀ ਕਰਨ ਦੀ ਇਹੋ ਇਹ ਨਾ ਬਣਾ ਰਹੀ ਹੈ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ 7 ਦਿਨਾਂ ਲਈ ਕੁਆਰਟਨ ਹੋਣਾ ਹੈ ਲਾਜ਼ਮੀ ਸਰਕਾਰ ਜੀਹਾਂ ਦੋਸਤੋ ਦੇਸ਼ ਵਿੱਚ ਕੋਵਿਡ-19 ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ ਸਰਕਾਰ ਨੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਨਵੇਂ ਨਿਯਮ ਜਾਰੀ ਕੀਤੇ ਨੇ ਇਸ ਦੇ ਅਨੁਸਾਰ ਹੁਣ ਤੋਂ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ 7 ਦਿਨਾਂ ਲਈ ਹੋਮ ਕੁਆਰਟਾਈਨ ਤੋਂ ਗੁਜ਼ਰਨਾ ਹੋਵੇਗਾ ਇਸ ਤੋਂ ਬਾਅਦ 8ਵੇਂ ਦਿਨ ਆਰਟੀਪੀਸੀਆ ਟੈਸਟ ਕੀਤਾ ਜਾਵੇਗਾ ਨਵੇਂ ਸਰਕਾਰੀ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਨਵੀਂ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ 11 ਜਨਵਰੀ 2022 ਤੋਂ ਅਗਲੇ ਹੁਕਮਤ ਤੱਕ ਵੈਧ ਰਹੇਗੀ ਪੰਜਾਬ ਵਿੱਚ ਮੌਲੇ ਧਰਮੀ ਅਤੇ ਭਾਰੀ ਗੜੇ ਮਾਰੀ ਜਾਣ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ ਪੰਜਾਬ ਵਿੱਚ ਪਿਛਲੇ 3-4 ਦਿਨਾਂ ਤੋਂ ਲਗਾਤਾਰ ਮੌਲੇ ਧਰਮੀ ਪੈ ਰਹੇ ਤੇ ਆਉਣ ਵਾਲੇ 2 ਦਿਨਾਂ ਦੌਰਾਨ ਮੀਂਹ ਦੇ ਜਾਰੀ ਰਹਿਣ ਦੀ ਸੰਭਾਵਨਾ ਹੈ ਤੇ ਹ시ਾਰਪੁਰ ਦੇ ਕੁਝ ਪਿੰਡਾਂ ਵਿੱਚ ਗੜੇਮਾਰੀ ਵੀ ਹੋਈ ਹੈ ਤੇ ਮੌਸਮ ਭਾਗ ਵੱਲੋਂ ਸੂਬੇ ਵਿੱਚ ਸੀਤਲਾ ਜਾਰੀ ਰਹਣ ਅਤੇ ਭਾਰੀ ਮੀਂਹ ਦੀ ਸੂਚਨਾ ਦਿੱਤੀ ਗਈ ਹੈ ਤੇ ਕੱਲ ਸਵੇਰੇ ਭਾਰੀ ਮੀਂਹ ਕਾਰਨ ਵਿਜ਼ਿਬਿਲਟੀ ਵੀ ਘੱਟ ਰਹੀ ਤੇ ਧੁੰਦ ਪੈਣ ਵਰਗੇ ਹਾਲਾਤ ਬਣੇ ਰਹੇ ਤਾਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਚੰਗਾ ਮੀਂਹ ਪੈਣ ਨਾਲ ਖੁਸ਼ਕ ਮੌਸਮ ਤੇ ਠਹਿਰਾਅ ਲੱਗ ਗਿਆ ਤੇ ਇਸ ਨੂੰ ਫਸਲਾਂ ਲਈ ਫਾਇਦੇਮੰਦ ਮੰਨਿਆ ਜਾ ਰਿਹਾ ਹੈ ਦੱਸਣਯੋਗ ਹੈ ਕਿ ਬੀਤੇ ਦਿਨ ਸ਼ਾਮ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਹੋ ਗਿਆ ਸੀ ਅਤੇ ਆਉਣ ਵਾਲੇ ਦਿਨਾਂ ਵਿੱਚ ਤਪ ਲੱਗਣ ਦੇ ਅਸਾਰ ਸਨ ਪਰ ਕੱਲ ਤੜਕੇ ਤੋਂ ਹੀ ਪਾਰੇਮੀ ਕਾਰਨ ਇੱਕ ਵਾਰ ਫਿਰ ਤੋਂ ਪਾਰਾ ਹੇਠਾ ਡਿੱਗਿਆ ਤੇ ਸਵੇਰ ਤੋਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਆਨੰਦਪੁਰ ਸਾਹਿਬ ਤੇ ਹੋਰ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਕਰ ਲਗਾਤਾਰ ਠੰਡ ਵਧਣਾ ਜਾਰੀ ਹੈ। ਉਹ ਵੱਡੀ ਖਬਰ ਪ੍ਰਧਾਨ ਮੰਤਰੀ ਦਾ ਕਾਫਲਾ ਰੋਕਣ ਵਾਲੇ 150 ਪ੍ਰਦਰਸ਼ਨਕਾਰੀਆਂ ਖਿਲਾਫ ਮਾਮਲਾ ਦਰਜ ਇਸ ਵਜਲ ਦੀ ਇੱਕ ਵੱਡੀ ਖਬਰ ਹੈ ਜੀ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਾਫਲਾ ਰੁੱਕ ਕੇ ਜਾਣ ਦੇ ਮਾਮਲੇ ਵਿੱਚ ਪੁਲਿਸ ਨੇ 150 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਫਿਰੋਜਪੁਰ ਦੇ ਥਾਣਾ ਕੁੱਲੀ ਗੜੀ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਤੇ ਪੁਲਿਸ ਨੇ 150 ਅਣਪਛਾਤੇ ਲੋਕਾਂ ਖਿਲਾਫ ਇਹ ਕਾਰਵਾਈ ਕੀਤੀ ਹੈ ਤੇ ਇਸ ਘਟਨਾ ਨੂੰ ਲੈ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ ਭਾਵੇਂ ਹੁਣ ਤੱਕ ਇਹ ਮਾਮਲਾ ਅਣਪਛਾਤੇ ਲੋਕਾਂ ਖਿਲਾਫ ਦਰਜ ਕੀਤਾ ਗਿਆ ਪਰ ਪੁਲਿਸ ਵੱਲੋਂ ਤਰਨਾ ਕਰਿਆ ਰਿਸ਼ਨਾਖਤ ਲਈ ਕਈ ਕਦਮ ਚੁੱਕੇ ਜਾ ਰਹੇ ਨੇ ਤੇ ਸੰਭਵ ਹੈ ਕਿ ਜਾਂਚ ਤੋਂ ਬਾਅਦ ਗ੍ਰਿਫਤਾਰੀਆਂ ਦਾ ਦੌਰ ਵੀ ਸ਼ੁਰੂ ਹੋ ਸਕਦਾ ਹੈ ਕੇਂਦਰੀ ਵਿੱਤ ਮੰਤਰਾਲੇ ਨੇ 17 ਰਾਜਾਂ ਨੂੰ ਜਾਰੀ ਕੀਤੀ 98.71 ਕਰੋੜ ਦੀ ਗ੍ਰਾਂਟ ਜਾਣ ਕਿੰਨੇ ਮਿਲੇ ਪੰਜਾਬ ਨੂੰ ਵਿੱਤ ਮੰਤਰਾਲੇ ਦੇ ਖਾਤ ਦੇ ਵਿਭਾਗ ਦੇ ਮਾਸਿਕ ਪੋਸਟ ਡਿਵੈਲਿਊਏਸ਼ਨ ਰੈਵਨਿਊ ਡੈਫਿਸਿਟ ਤਹਿਤ ਗਰਾਰ ਜਾਰੀ ਕੀਤੀ ਹੈ ਤੇ ਕੇਂਦਰ ਦੇ ਵਿੱਤ ਵਿਭਾਗ ਨੇ 17 ਰਾਜਾਂ ਨੂੰ 9871 ਕਰੋੜ ਰੁਪਏ ਦੇ ਰੁਪਏ ਰਾਜਾਂ ਨੂੰ ਜਾਰੀ ਕੀਤੀ ਗਈ PDRD ਗ੍ਰਾਂਟ ਦੀ ਇਹ 10ਵੀਂ ਕੇਸ ਸੀ ਤਾਂ ਹੁਣ ਤੱਕ ਚੱਲੋ ਵਿੱਤੀ ਸਾਲ ਵਿੱਚ 98710 ਕਰੋੜ ਰੁਪਏ ਯੋਗ ਰਾਜਾਂ ਨੂੰ ਪੋਸਟ ਡੈਵੋਲੇਸ਼ਨ ਰੈਵਨਿਊ ਡੈਫਿਸਿਟ ਗ੍ਰਾਂਟ ਵਜੋਂ ਜਾਰੀ ਕੀਤੇ ਗਏ ਨੇ ਇਸ ਮਹੀਨੇ ਜਾਰੀ ਕੀਤੀ ਗ੍ਰਾਂਟ ਦੇ ਰਾਜवार ਵੇਰਵੇ ਅਤੇ 2021-22 ਵਿੱਚ ਰਾਜਾਂ ਨੂੰ ਜਾਰੀ ਕੀਤੀ ਗਈ ਪੋਸਟ ਡੈਵੋਲੇਸ਼ਨ ਰੈਵਨਿਊ ਡੈਫਿਸਿਟ ਗ੍ਰਾਂਟ ਦੀ ਕੁੱਲ ਰਕਮ ਸ਼ਾਮਲ ਕੀਤੀ ਗਈ ਹੈ ਸੰਵਿਧਾਨ ਦੇ ਅਨੁਛੇਦ 275 ਦੇ ਤਹਿਤ ਰਾਜਾਂ ਨੂੰ ਪੋਸਟ ਡੈਵਲੂਸ਼ਨ ਰੈਵਨਿਊ ਡੈਫਿਸਟ ਗ੍ਰਾਂਟਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਤੇ ਵੰਡ ਤੋਂ ਬਾਅਦ ਰਾਜਾਂ ਦੇ ਮਾਲੀਆ ਖਾਤੇ ਵਿੱਚ ਪਾੜੇ ਨੂੰ ਪੂਰਾ ਕਰਨ ਲਈ 15ਵੇਂ ਵਿੱਤ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਅਨੁਸਾਰ ਰਾਜਾਂ ਨੂੰ ਗ੍ਰਾਂਟਾਂ ਜਾਰੀ ਕੀਤੀਆਂ ਜਾਂਦੀਆਂ ਨੇ ਕਮਿਸ਼ਨ ਨੇ 17 ਰਾਜਾਂ ਨੂੰ ਪੀ ਡੀ ਆਰ ਦੀ ਗ੍ਰਾਂਟਾਂ ਦੀ ਸ਼ਿਫਾਰਿਸ਼ ਕੀਤੀ ਤੇ ਇਹ ਮਹੀਨਾਵਾਰ ਕਿਸ਼ਤ ਵਿੱਚ ਜਾਰੀ ਕੀਤੀ ਜਾ ਰਹੀ ਹੈ ऐसे सूबे 'ਚ ਲੱਗ ਸਕਦਾ ਹੈ ਸਾਲ 2022 ਦਾ ਪਹਿਲਾ ਲਾਕਡਾਊਨ ਜਾਣੋ ਤਾਜ਼ਾ ਬਿਆਨ ਦੇਸ਼ ਵਿੱਚ ਕਰੋਨਾ ਦੇ ਮਰੀਜ਼ ਇੱਕ ਵਾਰ ਫਿਰ ਵਧਨੇ ਸ਼ੁਰੂ ਹੋ ਗਏ ਜਿਹੜੇ ਜਿਸ ਦੇ ਨਾਲ ਹੀ ਪਾਬੰਦੀ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਖਰਚਾ ਪ੍ਰਗਟਾਇਆ ਜਾ ਰਿਹਾ ਹੈ ਕਿ ਇੱਕ ਵਾਰ ਫਿਰ ਲਾਕਡਾਊਨ ਜਿਹੜਾ ਲੱਗ ਸਕਦਾ ਹੈ ਜਾਰੀ ਸਾਲ 2022 ਦੀ ਸ਼ੁਰੂਆਤ ਵਿੱਚ ਹੀ ਲਾਕਡਾਊਨ ਹੋ ਸਕਦਾ ਹੈ ਮਹਾਰਾਸ਼ਟਰ ਤੇ ਦਿੱਲੀ ਦੇਸ਼ ਦੇ ਦੋ ਅਜਿਹੇ ਸੂਬੇ ਹਨ ਜਿੱਥੇ ਕਰੋਨਾ ਦੇ ਕੇਸ ਤੇਜ਼ੀ ਨਾਲ ਵਧੇ ਹਨ ਇਹਨਾਂ ਤੋਂ ਇਲਾਵਾ ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਹਰਿਆਣਾ, ਕੇਰਲ, ਕਰਨਾਟਕ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਇਹਨਾਂ ਸੂਬਿਆਂ ਦੀ ਲਿਸਟ ਵਿੱਚ ਨੇ ਜਿੱਥੇ ਖਤਰਾ ਤੇਜ਼ੀ ਨਾਲ ਵਧ ਰਿਹਾ ਤੇ ਇਹਨਾਂ ਸੂਬਿਆਂ ਵਿੱਚ ਲੋਕਾਂ ਦੇ ਮਨਾਂ ਵਿੱਚ ਇੱਕੋ ਸਵਾਲ ਹੈ ਕਿ ਇੱਕ ਵਾਰ ਫਿਰ ਲਾਕਡਾਊਨ ਲੱਗੇਗਾ ਕੀ ਉਹਨਾਂ ਨੂੰ ਮੁੜ ਕਰਾ ਅੰਦਰ ਕੈਦ ਰਹਿਣਾ ਪਵੇਗਾ ਸੀਐੱਬ ਯੋਗੀ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਵੀਰਵਾਨ ਕਿਸਾਨਾਂ ਨੂੰ ਬਿਜਲੀ ਬਿੱਲਾਂ 'ਚ 50% ਦੀ ਕਟੌਤੀ ਕਰਨ ਦਾ ਤੋਹਫ਼ਾ ਦਿੱਤਾ ਹੈ ਸਰਕਾਰ ਦਾ ਦਾਅਵਾ ਹੈ ਕਿ ਰਾਜ ਦੇ 13 ਲੱਖ ਕਿਸਾਨਾਂ ਨੂੰ ਗ੍ਰਾਂਟ ਦੇ ਰੂਪ ਵਿੱਚ ਇਹ ਸੌੜ ਦਾ ਲਾਭ ਮਿਲੇਗਾ ਤੇ ਟਵਿੱਟਰ 'ਤੇ ਇਹ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਦਫ਼ਤਰ ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਅਤੇ ਖੁਸ਼ਹਾਲੀ ਲਈ ਦ੍ਰਿੜ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਮੌਜੂਦਾ ਦਰਾਂ ਦੇ ਮੁਕਾਬਲੇ ਪ੍ਰਾਈਵੇਟ ਟਿਊਬਲ ਲਈ ਬੀਲੀ ਦਰਵਾਚ ਪੰਜਾਬ ਪ੍ਰਸ਼ਾਸਨ ਛੋਟ ਦੇ ਦਾ ਫੈਸਲਾ ਕੀਤਾ ਹੈ ਪੀਐਨਬੀ ਨੇ ਕੱਡੀਆਂ ਨੌਕਰੀਆਂ ਆਖਰੀ ਤਰੀਕ 10 ਜਨਵਰੀ ਛੇਤੀ ਕਰੋ ਬਿਨੇ ਪੰਜਾਬ ਨੈਸ਼ਨਲ ਬੈਂਕ ਵਿੱਚ ਆਫੀਸਰ ਬਣਨ ਦਾ ਸੁਪਨਾ ਵੇਖਣ ਨੌਜਵਾਨ ਲਈ ਇੱਕ ਚੰਗਾ ਮੌਕਾ ਹੈ ਇਸ 2022 ਲਈ ਚੀਫ ਰਿਸਕ ਆਫੀਸਰ ਅਤੇ ਹੋਰ ਅਹੁਦਿਆਂ ਤੇ ਭਾਰਤੀ ਲਈ ਅਰਜ਼ੀਆਂ ਦੇਣ ਲਈ ਸਿਰਫ 3 ਦਿਨ ਹੀ ਬਚੇ ਨੇ ਯੋਗ ਉਮੀਦਵਾਰ ਜਿਨ੍ਹਾਂ ਨੇ ਇਹਨਾਂ ਸਮੇਲੇ ਬਿਨੇ ਨਹੀਂ ਕੀਤੇ ਉਹ ਬੈਂਕ ਦੀ ਅਧਿਕਾਰਤ ਵੈਬਸਾਈਟ pnbindia.in ਤੇ ਜਾ ਕੇ ਅਪਲਾਈ ਕਰ ਸਕਦੇ ਨੇ ਇਹਨਾਂ ਅਹੁਦਿਆਂ ਤੇ ਅਪਲਾਈ ਕਰਨ ਦੀ ਅੰਤਿਮ ਮਿਤੀ 10 ਜਨਵਰੀ ਹੈ ਇਸ ਤੋਂ ਇਲਾਵਾ ਉਮੀਦਵਾਰ ਸਿੱਧਾ ਇਸ ਲਿੰਕ ਤੇ ਜਿਹੜਾ ਹੈਗਾ ਜੀ www.pnb.pnbindia.in ਤੇ ਕਲਿੱਕ ਕਰਕੇ ਇਹਨਾਂ ਸਮੇਲੇ ਬਿਨੇ ਕਰ ਸਕਦੇ ਨਾਲ ਹੀ ਇਸ ਲਿੰਕ ਤੇ ਹੇਗਾ ਜੀ www.pnbindia.in ਜਾਂ ਹੈਗਾ ਜੀ www.requirements.aspx ਤੇ ਰਾਹੀ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਵੀ ਦੇਖ ਸਕਦੇ ਹੋ ਤੇ ਇਸ ਪਾਰਟੀ ਤਹਿਤ ਕੁੱਲ 6 ਅਸਾਮੀਆਂ ਭਰੀਆਂ ਜਾਣੀਆਂ ਨੇ ਵਿਣੇ ਕਰਨ ਦੀ ਆਖਰੀ ਮਿਤੀ 10 ਜਨਵਰੀ ਹੈਗੀ ਹੈ ਜੀ ਕੁੱਲ ਅਸਾਮੀਆਂ ਹੈਗੇ 6 ਚੀਫ ਰਿਸਕ ਆਫੀਸਰ ਹੈਗਾ ਜੀ ਇੱਕ ਮੁੱਖ ਅਧਿਕਾਰੀ ਹੈਗਾ ਜੀ ਇੱਕ ਮੁੱਖ ਵਿੱਤੀ ਅਧਿਕਾਰੀ ਵੀ ਇੱਕ ਹੈਗਾ ਜੀ ਮੁੱਖ ਤਕਨੀਕੀ ਅਧਿਕਾਰੀ ਇੱਕ ਮੁੱਖ ਸੂਚਨਾ ਸੁਰੱਖਿਆ ਅਧਿਕਾਰੀ ਇੱਕ ਦੇ ਚੀਫ ਡਿਜੀਟਲ ਅਫੀਸਰ ਵੀ ਹੈਗਾ ਜੀ ਇੱਕ ਉਮੀਦਵਾਰ ਲਈ ਪਾਸ ਨੋਟੀਫਿਕੇਸ਼ਨ ਦਿੱਤੇ ਗਏ ਸਬੰਧਤ ਯੋਗਤਾ ਹੋਣੀ ਚਾਹੀਦੀ ਹੈ ਤੇ ਉਮੀਦਵਾਰ ਦੀ ਚੋਣ ਉਮੀਦਵਾਰ ਦੀ ਯੋਗਤਾ ਉਪਯੋਗਤ ਅਨੁਭਵ ਆਦਿ ਦੇ ਆਧਾਰ ਤੇ ਸੂਚੀਬੱਧ ਕੀਤੀ ਜਾਵੇਗੀ ਸਕੂਲ 50% ਦੀ ਗਿਣਤੀ ਨਾਲ ਖੋਲਣ ਦੀ ਕੀਤੀ ਮੰਗ ਇਲਾਕੇ ਦੀਆਂ ਸਮੂਹ ਸਕੂਲ ਬੱਸ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਨਾਨਕਸਰ ਟੀਮਾਂ ਵਿੱਚ ਹੋਈ ਇਸ ਮੀਟਿੰਗ ਵਿੱਚ ਲਹਿਰਾ ਮੋਨਕਾ ਚੀਮਾ ਦੇ ਬਰੇਟਾ ਦੀਆਂ ਸਕੂਲ ਵੈਨਾਂ ਯੂਨੀਅਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਤੇ ਮੀਟਿੰਗ 'ਚ ਯੂਨੀਅਨ ਦੇ ਨੁਮਾਇੰਦਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ 50% ਦੀ ਕੋਵਿਡ ਦੀ ਹਦਾਇਤਾਂ ਨਾਲ ਖੋਲੇ ਜਾਣ ਕਿਉਂਕਿ ਸਕੂਲ ਵੈਨ ਮਾਲਕ ਪਹਿਲਾਂ ਹੀ ਬਹੁਤ ਵੱਡਾ ਘਾਟਾ ਚੱਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸਰਕਾਰ ਖਿਲਾਫ ਸੰਗਰਾਮ ਛੇੜਨ ਲਈ ਮਜਬੂਰ ਹੋਣਗੇ ਇਸ ਮੌਕੇ ਸਕੂਲ ਵੈਨ ਚੀਮਾ ਯੂਨੀਅਨ ਸਕੱਤਰ ਅਨਬੀਰ ਸਿੰਘ ਬਿੱਟੂ ਨਮੋਲ ਅਤੇ ਅਚਾਨਕ ਸਵਰਗਵਾਸ ਹੋ ਜਾਣ ਤੇ ਉਸ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਡਿੱਗੀਆਂ ਖਰੀਦਣ ਦਾ ਮੌਕਾ ਜਾਣੋ ਤਾਜ਼ਾ ਪਾ ਸੋਨੇ ਤੇ ਚਾਂਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ ਜੀ ਪਰ ਅੱਜ ਮਲਟੀ ਕਾਮੋਡੀਟੀ ਐਕਸਚੇਂਜ ਤੇ ਦਸੰਬਰ ਚ ਡਿਲੀਵਰੀ ਤੇ ਸੋਨੇ ਦੀ ਕੀਮਤ 'ਚ 0.6 ਫੀਦੀ ਦਾ ਮਾਮੂਲੀ ਵਾਧਾ ਦੱਜ ਕੀਤਾ ਗਿਆ ਇਸ ਨਾਲ ਅੱਜ ਹੀ ਚਾਂਦੀ ਦੀ ਕੀਮਤ 'ਤੇ 0.4 ਫੀਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਜਿਕਰ ਜੋ ਕਿ ਸਾਲ 2020 ਵਿੱਚ ਪਿਛਲੇ ਸਾਲ ਦੇ ਇਸੇ ਮਿਆਦ ਚ ਐਮਸੀਐਕਸ ਤੇ 10 ਗ੍ਰਾਮ ਸੋਨੇ ਦੀ ਕੀਮਤ 56200 ਰੁਪਏ ਦੇ ਉੱਚ ਪੱਧਰ ਤੇ ਪਹੁੰਚ ਗਈ ਸੀ ਤੇ ਅੱਜ ਦੇਸੰਬਰ ਫਿਊਚਰ ਜੀ ਐਮਸੀਐਕਸ ਤੇ ਸੋਨਾ 47481 ਰੁਪਏ ਪ੍ਰਤੀ 10 ਗ੍ਰਾਮ ਦੇ ਪੱਧਰ ਤੇ ਜਾਣੀ ਕਿ ਇਹ ਅੱਜੇ ਵੀ ਲਗਭਗ 8719 ਰੁਪਏ ਸਸਤਾ ਹੋ ਰਿਹਾ ਦੱਸ ਦਈਏ ਕਿ ਅਕਤੂਬਰ ਵਿੱਚ ਡਿਲੀਵਰੀ ਹੋਏ ਸੋਨੇ ਦੀ ਕੀਮਤ ਅੱਜ 0.6 ਫੀਸਦੀ ਦੇ ਮਾਮੂਲੀ ਵਾਧੇ ਨਾਲ 47481 ਰੁਪਏ ਪਰ 10 ਗ੍ਰਾਮ ਤੇ ਇਸ ਦਿਨ ਨਾਲ ਹੀ ਅੱਜ ਦੇ ਕਾਰੋਬਾਰ ਤੇ ਚਾਂਦੀ ਦੀ ਕੀਮਤ 0.4 ਫੀਸਦੀ ਘਟ ਹੋ ਗਈ ਤੇ ਅੱਜ ਸੌਰਾਫਾ ਬਾਜ਼ਾਰ ਵਿੱਚ 1 ਕਿਲੋ ਚਾਂਦੀ ਦੀ ਕੀਮਤ 60402 ਰੁਪਏ ਕੀ ਤੁਸੀਂ ਜਾਣਦੇ ਕਿ ਇੱਕ ਮਿਸ ਕਾਲ ਨਾਲ ਤੁਸੀਂ ਘਰ ਬੈਠੇ ਹੀ ਸੋਨੇ ਚਾਂਦੀ ਦੇ ਭਾਅ ਪਤਾ ਕਰ ਸਕਦੇ ਹੋ ਜਲਿੱਤ ਤੁਹਾਨੂੰ ਇਸ ਨੰਬਰ ਜਿਹੜਾ ਹੈਗਾ ਜੀ 9955564433 ਤੇ ਇੱਕ ਮਿਸਡ ਕਾਲ ਦੇਣੀ ਪਵੇਗੀ ਜੇ ਤੁਹਾਡੇ ਫੋਨ ਤੇ ਇੱਕ ਸੁਨੇਹਾ ਆਵੇ ਜਿਸ ਵੇਲੇ ਤੁਸੀਂ ਮਾਰਕੀਟ ਵਿੱਚ ਚੱਲ ਰਹੇ ਸੋਨੇ ਤੇ ਸੋਹਰੇ ਤੇ ਚਾਂਦੀ ਦੇ ਭਾਅ ਦੇਖ ਸਕਦੇ ਹੋ ਛੇਵੇਂ ਇੱਕ ਤਨਖਾਹ ਕਮਿਸ਼ਨ ਤਹਿਤ ਪ੍ਰਮੋਟ ਹੋਏ ਮੁਲਾਜ਼ਮਾਂ ਨੂੰ ਮਿਲੇਗਾ 15% ਦੀ ਵਾਧਾ ਪੰਜਾਬ ਸਰਕਾਰ ਨੇ ਛੇ ਮੈਂਤ੍ਰਖਾ ਕਮਿਸ਼ਨ ਦਿਆ ਛੇ ਪਾਛਾ ਨੂੰ ਲਾਗੂ ਕਰ ਸਬੰਧੀ ਇੱਕ ਨਵਾਂ ਹੁਕਮ ਜਾਰੀ ਕੀਤਾ ਹੈ ਇਸ ਹੁਕਮ ਮੁਤਾਬਕ 1 ਜਨਵਰੀ 2016 ਤੋਂ 20 ਸਤੰਬਰ 2021 ਦੌਰਾਨ ਪ੍ਰਮੋਟ ਹੋਏ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਤਰੱਕੀ ਦੇ ਤਰੱਕੀ ਦੇ 15% ਦਾ ਵਾਅਦਾ ਦੇਣ ਦਾ ਫੈਸਲਾ ਲਿਆ ਹੈ ਇਸ ਸਬੰਧੀ ਵਿੱਤ ਵਿਭਾਗ ਵੱਲੋਂ ਸਾਰੇ ਭਾਗਾਂ ਦੇ ਉੱਚ ਅਧਿਕਾਰੀਆਂ ਨੂੰ ਪੱਤਰ ਭੇਜਿਆ ਲਿਖਿਆ ਗਿਆ ਹੈ ਕਿ ਵਿੱਤ ਵਿਭਾਗ ਵੱਲੋਂ 3 ਨਵੰਬਰ 2021 ਨੂੰ ਜਾਰੀ ਕੀਤੇ ਗਏ ਪੱਤਰ ਦੇ ਪਿਆ ਨੰਬਰ 2 ਵਜਿ ਕੀਤੇ ਗਏ ਨਿਰਦੇਸ਼ ਮੁਤਾਬਕ ਜੋ ਅਧਿਕਾਰੀ ਅਤੇ ਕਰਮਚਾਰੀ 1 ਜਨਵਰੀ 2016 ਤੋਂ 20 ਤਬਰ 2021 ਤੱਕ ਪ੍ਰਮੋਟ ਹੋਏ ਨੇ ਉਹ ਨਵੇਂ ਵੇਤਨ ਦਾ ਮੁੰਡਾਫਾ ਆਪਣੀ ਪ੍ਰਮੋਸ਼ਨ ਦੇ ਤਰੀਕ ਤੋਂ ਲੈਣ ਦੀ ਆਪਸ਼ਨ ਦੇ ਸਕਦੇ ਨੇ ਤੇ ਪੱਤਰ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਸੋਧੀ ਹੋਈ ਤਨਖਾਹ ਦਾ ਲਾਭ ਪ੍ਰਮੋਸ਼ਨ ਤੋਂ ਲੈਣ ਵਾਲਿਆਂ ਨੂੰ 15 ਫੀਸਦੀ ਵਾਧੇ ਦਾ ਕੋਈ ਏਰੀਅਰ ਨਹੀਂ ਮਿਲੇਗਾ ਪੰਜਾਬ ਵਿੱਚ ਕੈਦੀ ਚਲਾਉਣਗੇ પેટ્રોલ ਡੀਜ਼ਲ ਦੇ ਆਊਟਲੈਟ ਜੀਹਾਂ ਦੋਸਤੋ ਪੰਜਾਬ ਵਿੱਚ ਹੁਣ ਜੇਲ੍ਹ ਕੈਦੀਆਂ ਵੱਲੋਂ ਸੁਪਰ ਭਰ ਵਿੱਚ પેટ્રોલ ਤੇ ਡੀਜ਼ਲ ਦੇ 12 ਰਿਟੇਲ ਆਊਟਲੈਟ ਚਲਾਏ ਜਾਣਗੇ ਤੇ ਪੰਜਾਬ ਜੇਲ੍ਹ ਵਿਕਾਸ ਬੋਰਡ ਵੱਲੋਂ ਆਊਟਲੈਟ ਖੋਲਣ ਲਈ ਇੰਡੀਅਨ ਆਇਲ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਨਾਲ ਸਮਝੌਤਾ ਸਹੀ ਵੱਧ ਕੀਤਾ ਗਿਆ ਹੈ ਜੇਲ੍ਹ ਕੈਦੀਆਂ ਦੇ ਸੁਧਾਰ ਤੇ ਉਦੇਸ਼ ਨਾਲ ਪੰਜਾਬ ਜੇਲ੍ਹ ਵਿਕਾਸ ਬੋਰਡ ਵੱਲੋਂ ਕੱਲ ਇੰਡੀਅਨ ਆਇਲ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਨਾਲ ਬਾਹਰ ਡੀਟੇਲ ਆਊਟਲੈਟ ਖੋਲਣ ਲਈ ਸਮਝੌਤਾ ਸਹੀਬੱਧ ਕੀਤਾ ਗਿਆ ਤੇ ਇਹਨਾਂ ਡੀਟੇਲ ਆਊਟਲੈਟਰ ਦਾ ਪ੍ਰਬੰਧ ਸੂਬੇ ਭਾਰ ਦੇ ਜੇਲ੍ਹ ਕੈਦੀਆਂ ਵੱਲੋਂ ਕੀਤਾ ਜਾਵੇਗਾ ਇਹ ਸਮਝੌਤਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚੱਜ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਵੱਲੋਂ ਤਤਕਾਲ ਪ੍ਰਵਾਨਗੀ ਉਪਰੰਤ ਸਹੀਬੱਧ ਕੀਤਾ ਗਿਆ ਤੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੇ ਆਈ ਓ ਸੀ ਐਲ ਅਤੇ ਬੀ ਪੀ ਸੀ ਐਲ ਨਾਲ ਸਮਝੌਤੇ ਲਾਗੂ ਕਰਨ ਅਤੇ ਇਸ ਸਮਝੌਤੇ ਐਸਪ੍ਰਾਤ ਸਬੰਧਤ ਤੇਲ ਮਾਰਕੀਟਿੰਗ ਆਪਣੇ ਨਾਲ ਡੀਜ਼ਲ ਡੀਡਸ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤੇ ਇਹਨਾਂ 12 ਰਿਟੇਲ ਆਊਟਲੈਟਾਂ ਵਿੱਚੋਂ 11 ਇੰਡੀਅਨ ਆਇਲ ਵੱਲੋਂ ਇੱਕ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਵੀ ਖੋਲਿਆ ਜਾਵੇਗਾ ਤਾਂ ਦੋਸਤੋ ਇਸੇ ਨਾਲ ਹੀ ਆਪਣੀਆਂ ਅੱਜ ਸਵੇਰ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਮਿਲਾਂਗੇ ਅਗਲੇ ਦਿਨੀਆਂ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਹੋਣ ਦੇ ਲਈ ਏਨਾਂ ਹੀ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਜਦ ਹੈ ਹਰ ਪਰੇਸ਼ਾਨੀ ਦਾ ਹੱਲ ਕਿਉਂ ਹੋ ਪਰੇਸ਼ਾਨ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਬਾਬਾ ਫਤੇਹ ਖਾਨ ਸੰਪਰਕ ਕਰੋ 90416 24372 ਲਵ ਮੈਰਿਜ ਪਿਆਰ ਚ ਧੋਖਾ ਪ੍ਰੇਮੀ ਪ੍ਰੇਮਿਕਾ ਚ ਝਗੜਾ ਸੋਤਨ ਦੁਸ਼ਮਣ ਦਾ ਖਾਤਮਾ ਵਿਦੇਸ਼ ਯਾਤਰਾ ਕਰਜ਼ਾ ਮੁਕਤੀ ਔਲਾਦ ਸੁਖ ਬਿਮਾਰੀ ਚ ਦਵਾ ਨਾ ਲੱਗਣਾ ਲਾਟਰੀ ਨੰਬਰ ਪਾਓ ਪਾ ਹਮੇਸ਼ਾ 649 ਹੋਵੇ ਜਾਂ ਲਾਟੋਮੈਕਸ ਗੁਪਤ ਵਸ਼ੀਕਰਨ ਕਰਾਓ ਮਨ ਚਾਹ ਪਿਆਰ ਪਾਓ ਪਿਆਰ ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ